ਸਰਗ ਤੇ ਵਿਕਦਾ ਹੈ ਸੱਪ ਦਾ ਮਾਸ। ਚੀਨ ਵਿੱਚ ਕੋਬਰਾ ਦਾ ਭੋਜਨ ਬਣਾ ਕੇ ਖਾਂਦੇ ਹਨ। ਸੱਪ ਹੈ ਚੀਨ ਦੇ ਲੋਕਾਂ ਦਾ ਮਨਪਸੰਦ ਭੋਜਨ। ਦੋਸਤੋ, ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੋਵੇਗਾ ਕਿ ਖੇਤਾਂ ਵਿੱਚ ਅਨਾਜ ਤੇ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਚਿਕਨ ਅਤੇ ਆਂਡਿਆਂ ਲਈ ਮੁਰਗੀ ਫਾਰਮਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਮੱਛਲੀ ਤੇ ਬੱਕਰੀ ਪਾਲਣ ਵੀ ਕੀਤਾ ਜਾਂਦਾ ਹੈ। ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਸੱਪ ਪਾਲਣ ਵੀ ਕੀਤਾ ਜਾਂਦਾ ਹੈ, ਉਹ ਵੀ ਸਵਾਦੀ ਭੋਜਨ ਬਣਾ ਕੇ ਖਾਣ ਲਈ? ਕਿਵੇਂ ਪਾਲਿਆ ਤੇ ਕਿਵੇਂ ਸੱਪ ਕੱਟਿਆ ਜਾਂਦਾ ਹੈ, ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਸੋ ਦੋਸਤੋ, ਮੈਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਵ ਫੋਰਐਵਰ ਚੈਨਲ। ਯਾਰੋ, ਤੁਹਾਡੀ ਇੱਕ ਰਿਕੁਐਸਟ ਹੈ ਕਿ ਜੇ ਤੁਸੀਂ ਅਜੇ ਤੱਕ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡਾ ਇੱਕ ਇੱਕ ਲਾਈਕ ਐਂਡ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦੀ ਡੋਜ਼ ਦਾ ਕੰਮ ਕਰਦਾ ਹੈ। ਸੋ ਮਿੱਤਰੋ, ਹੁਣ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਹਾਂ ਵੀਡੀਓ ਵੱਲ। ਕੀ ਤੁਸੀਂ ਜਾਣਦੇ ਹੋ ਕਿ ਸਾਡੇ ਗੁਆਂਢੀ ਦੇਸ਼ ਚੀਨ, ਜਿੱਥੋਂ ਦੇ ਲੋਕ ਜ਼ਹਿਰੀਲੇ ਸੱਪਾਂ ਦੀ ਖੇਤੀ ਕਰਦੇ ਹਨ, ਉਹ ਵੀ ਸਵਾਦੀ ਭੋਜਨ ਬਣਾ ਕੇ ਖਾਣ ਦੇ ਲਈ? ਚੀਨ ਵਿੱਚ ਇੱਕ ਅਜਿਹਾ ਪਿੰਡ ਹੈ ਜਿਸ ਵਿੱਚ ਹਰ ਸਾਲ 30 ਲੱਖ ਤੋਂ ਵੱਧ ਜ਼ਹਿਰੀਲੇ ਸੱਪ ਪਾਲੇ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦਾ ਨਾਮ ਜਿਸੀ ਕਿਆਊ ਹੈ। ਇੱਥੇ ਸਨੇਕ ਫਾਰਮਿੰਗ ਕੀਤੀ ਜਾਂਦੀ ਹੈ ਤੇ ਇਹ ਹੀ ਲੋਕਾਂ ਦੀ ਕਮਾਈ ਦਾ ਮੁੱਖ ਸਾਧਨ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਪਿੰਡ ਦੀ ਮੌਜੂਦਾ ਆਬਾਦੀ ਲਗਭਗ 1000 ਹੈ, ਜਿਸ ਤੋਂ ਪਤਾ ਇਹ ਚੱਲਦਾ ਹੈ ਕਿ ਇਸ ਪਿੰਡ ਦਾ ਹਰ ਸ਼ਖਸ ਹਰ ਸਾਲ ਲਗਭਗ 30,000 ਸੱਪ ਪਾਲਦਾ ਹੈ। ਇੱਥੇ ਪਾਲੇ ਜਾਣ ਵਾਲੇ ਸੱਪਾਂ ਦੀ ਪ੍ਰਜਾਤੀ ਵਿੱਚ ਵਿਸ਼ਾਲ ਕੋਬਰਾ, ਅਜਗਰ ਅਤੇ ਜ਼ਹਿਰੀਲੇ ਵਾਈਪਰ ਵਰਗੇ ਕਈ ਜਾਨਲੇਵਾ ਸੱਪ ਸ਼ਾਮਿਲ ਨੇ। ਵੈਸੇ ਤੇ ਇੱਥੇ ਦੇ ਲੋਕ ਸੱਪਾਂ ਤੋਂ ਡਰਦੇ ਨਹੀਂ ਹਨ, ਪਰ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਬਸ ਇੱਕ ਹੀ ਸੱਪ ਤੋਂ ਜ਼ਿਆਦਾ ਡਰਦੇ ਹਨ, ਜਿਸ ਦਾ ਨਾਮ ਹੈ 5-Step Snake। ਹੁਣ ਗੱਲ ਕਰਦੇ ਹਾਂ ਕਿ ਇਸ ਦਾ ਨਾਮ 5-Step Snake ਕਿਉਂ ਰੱਖਿਆ ਗਿਆ। ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਸੱਪ ਦੇ ਡਸਣ ਦੇ ਬਾਅਦ ਇਨਸਾਨ ਸਿਰਫ 5 ਕਦਮ ਹੀ ਚੱਲ ਪਾਉਂਦਾ ਹੈ ਤੇ ਇੰਨੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਇਸ ਪਿੰਡ ਦੇ ਲੋਕ ਸੱਪਾਂ ਦਾ ਪਾਲਣ ਇਸ ਲਈ ਕਰਦੇ ਹਨ ਤਾਂ ਜੋ ਉਹਨਾਂ ਦਾ ਮਾਸ ਤੇ ਸਰੀਰ ਦੇ ਹੋਰ ਅੰਗ ਬਾਜ਼ਾਰ ਵਿੱਚ ਵੇਚ ਸਕਣ। ਕੀ ਤੁਹਾਨੂੰ ਪਤਾ ਹੈ ਕਿ ਸੱਪ ਦਾ ਮੀਟ ਚਾਈਨਾ ਦੇ ਲੋਕ ਬੜੇ ਸ਼ੌਂਕ ਨਾਲ ਖਾਂਦੇ ਹਨ? ਨਾਲ ਹੀ ਸੱਪ ਦੇ ਸਰੀਰ ਦੇ ਅੰਗਾਂ ਦਾ ਉਪਯੋਗ ਦਵਾਈ ਬਣਾਉਣ ਵਿੱਚ ਕੀਤਾ ਜਾਂਦਾ ਹੈ। ਚਾਈਨਾ ਦੇ ਇਸ ਪਿੰਡ ਵਿੱਚ ਹੋਰ ਵੀ ਖੇਤੀ ਕੀਤੀ ਜਾਂਦੀ ਹੈ, ਜਿੱਦਾਂ ਚਾਹ, ਕਪਾਸ, ਪਰ ਅੱਜ ਦੇ ਟਾਈਮ ਵਿੱਚ ਇਸ ਪਿੰਡ ਨੂੰ ਪੂਰੇ ਵਿਸ਼ਵ ਵਿੱਚ ਸਨੇਕ ਫਾਰਮਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਛੋਟੇ ਜਿਹੇ ਪਿੰਡ ਵਿੱਚ ਜਿੱਥੇ 1000 ਲੋਕ ਰਹਿੰਦੇ ਹਨ, ਇੱਥੇ 100 ਸਨੇਕ ਫਾਰਮ ਹਨ। ਉਹ ਦੱਸਦੇ ਹਨ ਕਿ ਸੱਪਾਂ ਨੂੰ ਫਾਰਮ ਹਾਊਸ ਤੋਂ ਬੁੱਚਰਖਾਨੇ ਲੈ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਦੇ ਜ਼ਹਿਰ ਨੂੰ ਕੱਢਿਆ ਜਾਂਦਾ ਹੈ ਤੇ ਫਿਰ ਇਹਨਾਂ ਦਾ ਸਿਰ ਕੱਟ ਦਿੱਤਾ ਜਾਂਦਾ ਹੈ। ਫਿਰ ਸੱਪ ਨੂੰ ਕੱਟ ਕੇ ਉਹਨਾਂ ਦਾ ਮਾਸ ਵੱਖਰਾ ਰੱਖ ਦਿੱਤਾ ਜਾਂਦਾ ਹੈ। ਫਿਰ ਉਸਦੇ ਚਮੜੇ ਨੂੰ ਕੱਢ ਕੇ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਇਸ ਦੇ ਮੀਟ ਦਾ ਉਪਯੋਗ ਖਾਣ ਅਤੇ ਦਵਾਈਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ ਤੇ ਬਚੇ ਖੁਚੇ ਚਮੜੇ ਤੋਂ ਬੈਗ ਬਣਾ ਕੇ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ। ਯਾਰੋ, ਜਿਵੇਂ ਇੰਡੀਆ ਵਿੱਚ ਮੁਰਗੀ ਫਾਰਮ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਚਾਈਨਾ ਦੇ ਇਸ ਪਿੰਡ ਵਿੱਚ ਸੱਪ ਦਾ ਪਾਲਣ ਕੀਤਾ ਜਾਂਦਾ ਹੈ। ਲੋਕ ਸੱਪ ਨੂੰ ਪਾਲਦੇ ਹਨ, ਫਿਰ ਉਸ ਸੱਪ ਨੂੰ ਮਾਰਕੀਟ ਤੱਕ ਭੇਜਿਆ ਜਾਂਦਾ ਹੈ ਤੇ ਕੁਝ ਸਮੇਂ ਵਿੱਚ ਹੀ ਉਸ ਸੱਪ ਨੂੰ ਕੱਟ ਕੇ ਲੋਕਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਤੇ ਚਾਈਨਾ ਦੇ ਲੋਕ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹਨਾਂ ਸੱਪਾਂ ਦਾ ਭੋਜਨ ਕਰਦੇ ਹਨ। ਸੋ ਮਿੱਤਰੋ, ਇਹ ਸੀ ਇੱਕ ਚਾਈਨਾ ਦੇ ਪਿੰਡ ਦੀ ਮਿਸਟਰੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਸੀਂ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਵਾਲੇ ਆਈਕਨ ਤੇ ਵੀ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਸਾਡੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਸੋ ਹੁਣ ਦੇ ਲਈ ਇੰਨਾ ਹੀ, ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ। ਤਦ ਤੱਕ ਦੇਖਦੇ ਰਹੋ ਲਵ ਫੋਰਐਵਰ ਚੈਨਲ।